ਫਰੀਦਕੋਟ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਚੋਰ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲੋਂ 9 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਹਨ। ਤਾਂ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਫਰੀਦਕੋਟ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਲਗਾਤਾਰ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਹੀ ਹੁਣ ਪੁਲਿਸ ਨੇ ਇਸ ਚੋਰ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਾਰੇ ਮਾਮਲੇ ਸੰਬੰਧੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭਾਟੀ ਨੇ ਜਾਣਕਾਰੀ ਦਿੱਤੀ ਹੈ। ਕੱਲ ਸਾਡੀ ਨਾਕਾ ਪਾਰਟੀ ਗਈ ਹੋਈ ਸੀ, ਨਾਕਾ 'ਤੇ ਗਸ਼ਤ ਸਾਡੇ ASI ਦਰਸ਼ਨ ਸਿੰਘ ਪਾਰਟੀ ਨੂੰ ਹੈੱਡ ਕਰ ਰਹੇ ਸੀਗੇ ਅਤੇ ਉਹਨਾਂ ਕੋਲ ਮੁਖਬਰੀ ਹੋਈ ਵੀ ਸਰਬਜੀਤ ਸਿੰਘ ਅਤੇ ਗੁਰਦਿੱਤਾ ਸਿੰਘ ਜਿਹੜੇ ਦੋਨੋਂ ਚੀਰਾ ਦੇ ਵਾਸੀ ਹੈ ਅਤੇ ਇਹ ਇਹਨਾਂ 'ਤੇ ਪਹਿਲਾਂ ਵੀ ਚੋਰੀਆਂ ਦੇ ਪਰਚੇ ਹੈ ਅਤੇ ਮੋਟਰਸਾਈਕਲ ਵਗੈਰਾ ਚੋਰੀ ਕਰਨ ਦੇ ਪਰਚੇ ਅਤੇ ਹੁਣੇ ਬੇਲ 'ਤੇ ਆਏ ਹੈ ਅਤੇ ਬੇਲ 'ਤੇ ਆਉਣ ਤੋਂ ਬਾਅਦ ਇਹਨਾਂ ਨੇ ਦੁਬਾਰਾ ਚੋਰੀਆਂ ਕਰਨੀਆਂ ਸ਼ੁਰੂ ਕਰਤੀਆਂ ਫਰੀਦਕੋਟ ਤੋਂ ਆਸੇ ਪਾਸੇ ਦੇ ਸ਼ਹਿਰਾਂ ਤੋਂ ਅਤੇ ਕਰੀਬ 9-10 ਦੇ ਕਰੀਬ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤੇ ਹੈ ਅਤੇ ਮੁਖਬਰੀ ਦੇ ਆਧਾਰ 'ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲ 2 ਮੋਟਰਸਾਈਕਲ ਤਾਂ ਉਦੋਂ ਮੌਕੇ ਤੋਂ ਹੀ ਬਰਾਮਦ ਹੋ ਗਏ ਬਿਨਾਂ ਨੰਬਰੀ ਅਤੇ ਬਾਅਦ 'ਚ ਇਹਨਾਂ ਨੇ ਇਨਕਸ਼ਾਫ ਕੀਤਾ ਅਤੇ 7 ਮੋਟਰਸਾਈਕਲ ਇਹਨਾਂ ਦੇ ਇਨਕਸ਼ਾਫ ਦੇ ਮੁਤਾਬਕ ਬਾਅਦ 'ਚ ਆਪਾਂ ਇਹਨਾਂ ਤੋਂ ਕੀਤੇ ਰਿਕਵਰ ਕੀਤੇ ਆ। ਨਹੀਂ, ਇਹਨਾਂ ਨੇ ਡੰਪ ਕੀਤੇ ਹੋਏ ਸੀ, ਵੇਚਣੇ ਸੀ ਜਾਂ ਤੋੜ ਕੇ ਵੇਚਣੇ ਸੀ ਜਾਂ ਉਦੋਂ ਹੀ ਸਾਬਤ ਵੇਚਣੇ ਸੀ। ਮੋਟਰਸਾਈਕਲ ਸਾਰੇ ਚਾਲੂ ਹਾਲਤ ਨੇ। ਹਜੇ ਇਹਨਾਂ ਨੂੰ ਅੱਜ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜੀ, 2 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ। ਹੁਣ ਇਹਨਾਂ ਤੋਂ ਇਹਨਾਂ ਦੀ ਬੈਕਗਰਾਊਂਡ ਦਾ, ਇਹਨਾਂ ਦੇ ਸਾਥੀਆਂ ਦੇ ਬਾਰੇ ਪੁੱਛਗਿੱਛ ਕਰਾਂਗੇ, ਤੁਸੀਂ ਸਾਹਮਣੇ ਆਉਂਦੀ ਹੈ ਉਹਦੇ ਉਵੇਂ ਕਾਰਵਾਈ ਕਰਾਂਗੇ। ਇਹਨਾਂ 'ਤੇ ਪਹਿਲਾਂ 1 ਅਤੇ 2 ਹੈ ਜੀ, ਇੱਕ ਹੈ ਜੋ ਹੁਣ ਤੱਕ ਗੱਲ ਸਾਹਮਣੇ ਆਈ ਹੈ ਅਤੇ ਬਾਕੀ ਇਹਨਾਂ ਦਾ ਰਿਕਾਰਡ ਦੇਖਦੇ ਹਾਂ, ਬਾਕੀ ਇਹਨਾਂ ਦੇ ਮੁਤਲਕਾ ਥਾਣੇ 'ਚ ਰਿਕਾਰਡ ਮੰਗਾਉਣੇ ਆ, ਪਾਇਸ 'ਤੇ ਚੈੱਕ ਕਰਦੇ ਹਾਂ। ਹੁਣ ਤੱਕ 9 ਮੋਟਰਸਾਈਕਲ ਹੋ ਗਿਆ ਜੀ। ਲੋਕਲ ਫਰੀਦਕੋਟ ਵੀ ਹੈ, ਜੀਰੇ ਹਲਕੇ 'ਚ ਵੀ ਹੈ, ਮੋਟਰਪੁਰੀ ਵੀ ਹੈ, ਵੱਖਰੇ ਵੱਖਰੇ ਥਾਵਾਂ ਤੋਂ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।